ਸਤਿਗੁਰੂ ਉੱਚਾ ਅਤ ਬੜਾ, ਸਤ ਉੱਚਾ ਬਡ ਨਾਉ, ਨਾਮ ਨਿਰੰਜਨ ਗੁਰਸਦਾ, ਮਨ ਮਾਨਾ ਫਲ ਪਾਉ। ਕਿਤਨੇ ਹੀ ਜੋ ਦੇ ਪਏ, ਸੂਰ ਹੋਏ ਅਪਾਰ, ਸੋਹਿੰਗ ਨਾਮ ਕਾ ਮੇਲ ਹੋ, ਨੌਕਾ ਬਨੇ ਆਧਾਰ, ਕਾਮ ਕ੍ਰੋਧ ਠਗ ਠਗਤ ਹੈ, ਰਾਖੋ ਚਿਤ ਸੰਭਾਲ, ਸਤ ਪਰਮਾਤਮ ਵਿਦਿਆ, ਸਭੀ ਕਰੇ ਪ੍ਰਿਤਪਾਲ। ਕਿਤਨੇ ਪ੍ਰਭੂ ਕੇ ਭਗਤ ਪਏ, ਕਿਤਨੇ ਹੋਏ ਅਵਤਾਰ, ਕਿਤਨੇ ਪੰਡਿਤ ਜੋਤਸ਼ੀ, ਵੇਦਾਂ ਕਰੇ ਵਿਚਾਰ, ਕਿਤਨੇ ਹੀ ਬ੍ਰਹਿਮੰਡ ਹੈ, ਕਰਤਾ ਗੁਰੂ ਸਮਰੱਥ, ਕਿਤਨੇ ਹੀ ਉਸਤਤ ਕਰੇ, ਦੀਨ ਦਿਆਲ ਅਕਾਥ, ਕਿਤਨੇ ਮੂਰਖ ਜਗਤ ਮੇਂ, ਰੂਪ ਪਏ ਬਿਕਰਾਲ, ਕਿਤਨੇ ਦੇਵੀ ਦੇਵਤੇ, ਕਿਤਨੇ ਕਾਲ ਕਰਾਲ, ਜੇ ਸਭ ਖੇਲ ਗੋਬਿੰਦ ਕੇ, ਅੰਤ ਨ ਆਵੇ ਕੋਏ, ਕਹਿ ਰਵਿਦਾਸ ਵਿਚਾਰ ਕੇ, ਪ੍ਰਭ ਮੇਂ ਰਹੋ ਸਮੋਏ। ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਜੀ ਮਹਾਰਾਜ, ਸਭ ਜੀਵਾਂ ਨੂੰ ਸਤਿਗੁਰੂ ਜੋ ਇਸ ਸੰਸਾਰ ਵਿੱਚ ਸਭ ਤੋਂ ਵੱਡਾ ਹੈ ਅਤੇ ਜਿਸਦਾ ਨਾਮ ਸਭ ਤੋਂ ਉੱਚਾ ਹੈ, ਐਸੇ ਸਤਿਗੁਰੂ ਦਾ ਸਿਮਰਨ ਕਰਕੇ ਅਮੋਲਕ ਜਨਮ ਸਫਲ ਕਰਨ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ। ਸਤਿਗੁਰੂ ਉੱਚਾ ਅਤ ਬੜਾ, ਸਤ ਉੱਚਾ ਬਡ ਨਾਉ, ਨਾਮ ਨਿਰੰਜਨ ਗੁਰਸਦਾ, ਮਨ ਮਾਨਾ ਫਲ ਪਾਉ। ਸਤਿਗੁਰ ਉੱਚਾ ਅਤ ਬੜਾ, ਸਤ ਉੱਚਾ ਬਡ ਨਾਉ, ਜੋ ਸਤਿਗੁਰੂ ਹੈ ਇਸ ਸੰਸਾਰ ਵਿੱਚ ਸਭ ਤੋਂ ਵੱਡਾ ਉੱਚਾ ਹੈ ਅਤੇ ਸੰਸਾਰ ਵਿੱਚ ਸਭ ਤੋਂ ਵੱਡਾ ਉਸਦਾ ਨਾਮ ਹੈ, ਔਰ ਉਸ ਹਮੇਸ਼ਾ ਰਹਿਣ ਵਾਲੇ ਸਤਿਗੁਰ ਦੇ ਸਿਮਰਨ ਨੂੰ ਕਰਕੇ ਜੀਵ ਦਾ ਪਾਰ ਉਤਾਰਾ ਹੁੰਦਾ ਹੈ। ਨਾਮ ਨਿਰੰਜਨ ਗੁਰਸਦਾ, ਮਨ ਮਾਨਾ ਫਲ ਪਾਓ, ਜੋ ਗੁਰੂ ਹੈ ਉਹ ਹਮੇਸ਼ਾ ਜੀਵਾਂ ਨੂੰ ਨਾਮ ਜਪਾ ਕੇ ਮਾਇਆ ਰਹਿਤ ਪਰਮਾਤਮਾ ਨਾਲ ਜੋੜਦਾ ਹੈ ਅਤੇ ਜੀਵ ਨੂੰ
ਮਨ ਇੱਛਤ ਫਲ ਪ੍ਰਾਪਤ ਹੁੰਦੇ ਹਨ। ਕਿਤਨੇ ਹੀ ਜੋ ਦੇ ਪਏ ਸੂਰ ਹੋਏ ਅਪਾਰ ਸੋਹੰਗ ਨਾਮ ਕਾਮਿਲ ਹੋ ਨੌਕਾ ਬਨੇ ਆਧਾਰ। ਕਿਤਨੇ ਹੀ ਯੋਧੇ ਪਏ ਸੁਰ ਹੋਏ ਆਪਾਰ, ਇਸ ਸੰਸਾਰ ਵਿੱਚ ਕਿਤਨੇ ਹੀ ਬੇਅੰਤ ਯੋਧੇ ਹੋਏ ਅਤੇ ਬੇਅੰਤ ਸੂਰਮੇ ਹੋਏ ਹਨ। ਸੋਹੰਗ ਨਾਮ ਕਾ ਮੇਲ ਹੋ ਨੌਕਾ ਬਨੇ ਆਧਾਰ। ਜੋ ਜੀ ਪ੍ਰਭੂ ਦਾ ਸਿਮਰਨ ਕਰਕੇ ਆਪਣੇ ਅੰਦਰ ਪ੍ਰਭੂ ਦੇ ਨਾਮ ਨਾਲ ਜੁੜ ਜਾਂਦਾ ਹੈ, ਉਹ ਜੀ ਪਰਮਾਤਮਾ ਦੇ ਨਾਮ ਨੂੰ ਨੌਕਾ ਬੇੜੀ ਬਣਾ ਕੇ ਆਪਣੇ ਜੀਵਨ ਦਾ ਆਧਾਰ ਬਣਾ ਕੇ ਇਸ ਸੰਸਾਰ ਦੇ ਭਵ ਸਾਗਰ 'ਚੋਂ ਪਾਰ ਹੋ ਜਾਂਦਾ ਹੈ। ਕਾਮ ਕ੍ਰੋਧ ਠੱਗ ਠੱਗਤ ਹੈ ਰਾਖੋ ਚਿਤ ਸੰਭਾਲ ਸਤ ਪਰਮਾਤਮ ਵਿਦਿਆ ਸਭੀ ਕਰੇ ਪ੍ਰਿਤਪਾਲ। ਕਾਮ ਕ੍ਰੋਧ ਠੱਗ ਠੱਗਤ ਹੈ ਰਾਖੇ ਚਿਤ ਸੰਭਾਲ। ਕਾਮ ਕ੍ਰੋਧ ਵਿਕਾਰਾਂ ਰੂਪੀ ਠੱਗ ਜੀਵ ਨੂੰ ਠੱਗਦੇ ਹਨ, ਭਾਵ ਜੀਵ ਨੂੰ ਆਪਣੇ ਮਗਰ ਲਾਈ ਫਿਰਦੇ ਹਨ। ਇਸ ਲਈ ਜੀਵ ਨੂੰ ਇਹਨਾਂ ਠੱਗਾਂ ਤੋਂ ਬਚਣ ਦੇ ਲਈ ਆਪਣੇ ਚਿੱਤ ਵਿੱਚ ਹਮੇਸ਼ਾ ਪ੍ਰਭੂ ਦੇ ਨਾਮ ਦੀ ਸੰਭਾਲ ਕਰਨੀ ਚਾਹੀਦੀ ਹੈ। ਪ੍ਰਭੂ ਦੇ ਨਾਮ ਦੀ ਸੰਭਾਲ ਕਰਨ ਨਾਲ ਇਹ ਵਿਕਾਰਾਂ ਰੂਪੀ ਠੱਗ ਨੱਠ ਜਾਂਦੇ ਹਨ। ਸਤ ਪਰਮਾਤਮ ਵੇਦਿਆ ਸਭੀ ਕਰੇ ਪ੍ਰਤਪਾਲ। ਜੋ ਸੰਸਾਰ ਦੇ ਕਣ ਕਣ ਵਿੱਚ ਬਿਰਾਜਮਾਨ ਹੈ, ਜੋ ਸਭਨਾ ਦੀ ਪਾਲਣਾ ਕਰਦਾ ਹੈ, ਐਸੇ ਪ੍ਰਭੂ ਦਾ ਸਿਮਰਨ ਕਰਨ ਨਾਲ ਜੀਵ ਦਾ ਪਾਰ ਉਤਾਰਾ ਹੁੰਦਾ ਹੈ। ਕਿਤਨੇ ਪ੍ਰਭੂ ਕੇ ਭਗਤ ਪਏ ਕਿਤਨੇ ਹੋਏ ਅਵਤਾਰ ਕਿਤਨੇ ਪੰਡਿਤ ਜੋਤਸ਼ੀ ਵੇਦਾਂ ਕਰੇ ਵਿਚਾਰ। ਕਿਤਨੇ ਪ੍ਰਭੂ ਕੇ ਭਗਤ ਪਏ ਕਿਤਨੇ ਹੋਏ ਅਵਤਾਰ। ਅੱਜ ਤੱਕ ਬੇਅੰਤ ਹੀ ਪ੍ਰਭੂ ਦੇ ਭਗਤ ਹੋਏ ਹਨ, ਬੇਅੰਤ ਹੀ ਪ੍ਰਭੂ ਦੇ ਅਵਤਾਰ ਹੋਏ ਹਨ। ਕਿਤਨੇ ਪੰਡਿਤ ਜੋਤਸ਼ੀ ਵੇਦਾਂ ਕਰੇ ਵਿਚਾਰ ਅਤੇ ਕਿਤਨੇ ਹੀ ਬੇਅੰਤ ਹੀ ਪੰਡਿਤ ਹੋਏ ਹਨ, ਜੋਤਸ਼ੀ ਹੋਏ ਹਨ ਅਤੇ ਵੇਦਾਂ ਦੀ ਵਿਚਾਰ ਕਰਨ ਵਾਲੇ ਵਿਦਵਾਨ ਹੋਏ ਹਨ। ਕਿਤਨੇ ਹੀ ਬ੍ਰਹਿਮੰਡ ਹੈ ਕਰਤਾ ਗੁਰੂ ਸਮਰੱਥ ਕਿਤਨੇ ਹੀ ਉਸਤਤ ਕਰੇ ਦੀਨ ਦਿਆਲ ਅਕਾਥ। ਕਿਤਨੇ ਹੀ ਬ੍ਰਹਿਮੰਡ ਹੈ ਕਰਤਾ ਗੁਰੂ ਸਮਰੱਥ, ਇਸ ਸੰਸਾਰ ਵਿੱਚ ਬੇਅੰਤ ਬ੍ਰਹਿਮੰਡ ਹਨ ਅਤੇ ਬੇਅੰਤ ਜੀਵ ਹਨ। ਜੋ ਕਰਤਾ ਗੁਰੂ ਸਮਰੱਥ ਹੈ ਉਹਦਾ ਸਿਮਰਨ ਕਰਨ ਨਾਲ ਜੀਵਾਂ ਦਾ ਪਾਰ ਉਤਾਰਾ ਹੁੰਦਾ ਹੈ। ਕਿਤਨੇ ਹੀ ਉਸਤਤ ਕਰੇ ਦੀਨ ਦਿਆਲ ਅਕਥ, ਇਸ ਸੰਸਾਰ ਵਿੱਚ ਕਿਤਨੇ ਹੀ ਬੇਅੰਤੀ ਐਸੇ ਜੀਵ ਹਨ ਜੋ ਪਰਮਾਤਮਾ ਦੀ ਉਸਤਤ ਕਰਦੇ ਹਨ। ਜੋ ਦੀਨਾਂ ਅਤੇ ਦਇਆ ਕਰਨ ਵਾਲਾ ਪ੍ਰਭੂ ਹੈ, ਜਿਸ ਦੀ ਮਹਿਮਾ ਕਥਨ ਨਹੀਂ ਕੀਤੀ ਜਾ ਸਕਦੀ, ਬੇਅੰਤ ਜੀਵ ਉਸ ਪ੍ਰਭੂ ਦੀ ਉਸਤਤੀ ਕਰਦੇ ਹਨ। ਕਿਤਨੇ ਮੂਰਖ ਜਗਤ ਮੇ
रूप पै बिकराल कितने देवी देवते कितने काल कराल कितने मूर्ख जगत में रूप पै बिकराल। इस संसार विच बेअंत मूर्ख हन अते बेअंत पखंडी लोक हन जेड़े बाहरी विखाव्यां विच लगे हुए हन। कितने देवी देवते कितने काल कराल। बेअंत संसार विच देवी देवते हन अते बेअंत ही काल कराल हन। ये सब खेल गोबिंद के अंत न आवे कोए कह रविदास विचार के प्रभ में रहो समोए। ये सब खेल गोबिंद के अंत न आवे कोए। ये सारा खेल गोबिंद प्रभु दा है अते उस प्रभु दा कोई अंत नहीं पा सकता क्योंकि वह प्रभु बेअंत है। कह रविदास विचार के प्रभु में रहे समोए। सतगुरु रविदास महाराज जी विचार के संसारी जीवां नूं उपदेश बख्शिश करते हैं कि भाई इस मूलक जन्म विच जीवां नूं प्रभु का सिमरन करके उस प्रभु समा के अपना मूलक जन्म सफल करना चाहिए है। जय गुरुदेव।